ਦੋਸਤੋ ਜੇਕਰ ਤੁਸੀਂ ਵੀ ਸਰੋ ਬੀਜੀ ਆ ਚਾਹੇ ਤੁਹਾਡਾ ਕਿਤ ਭਾਰਾਗਾ ਚਾਹੇ ਹਲਕਾਗਾ ਚਾਹੇ ਤੁਸੀਂ ਸਰੋ ਅਗੇਤੀ ਬੀਜੀ ਆ ਚਾਹੇ ਪਛੇਤੀ ਆ ਜੇਕਰ ਵਾਕਈ ਤੁਸੀਂ ਚਾਹੁੰਦੇ ਹੋ ਕਿ ਸਾਡੇ ਰਿਕਾਰਡ ਤੋੜ ਪੈਦਾਵਾਰ ਹੋਵੇ ਸਾਨੂੰ ਬੰਪਰ ਝਾੜ ਮਿਲੇ ਤਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਦੋਸਤੋ ਜਿਹੜਾ ਹੁਣ ਵਾਲਾ ਸਮਾਂ ਚੱਲ ਰਿਹਾ ਨਾ ਇਹ ਸਮੇਂ ਦਾ ਆਪਣੇ ਸਰੋਂ ਦੇ ਝਾੜ ਨਾਲ ਸਿੱਧਾ-ਸਿੱਧਾ ਸਬੰਧ ਆ ਜੇਕਰ ਇੱਥੇ ਸਮਝ ਲਗੇ ਤਾਂ ਆਪਾਂ ਨੂੰ ਝਾੜ ਬਹੁਤ ਜ਼ਿਆਦਾ ਵਧੀਆ ਮਿਲੂਗਾ ਇਸ ਲਈ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਲਾਲ ਬਟਨ ਦਬਕ ਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਕਿ ਆਪਾਂ ਇਸੇ ਤਰ੍ਹਾਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਹੁਣ ਦੋਸਤੋ ਕੱਲ੍ਹ ਦੀ ਨਾਲ ਠੰਡ ਵੱਧ ਤੇ ਦੂਜੇ ਨੰਬਰ ਤੇ ਆਲੂਆਂ ਨੂੰ ਹੁਣ ਚਲੋ ਆਲੂਆਂ ਤਾਂ ਮੰਨਿਆ ਕਿ ਆਪਾਂ ਪਾਣੀ ਲਗਾ ਦੇਵਾਂਗੇ ਪਰੰਤੂ ਇਹੇ ਵੱਡੀ ਗਲਤੀ ਸਰੋਂ ਦੇ ਬਚਣਾ ਕਰਨਾ ਹੁਣ ਦੋਸਤੋ ਜਿੰਨਾ ਕਿਸਾਨ ਵੀਰਾਂ ਦੀ ਜ਼ਮੀਨ ਹਲਕੀ ਆ ਉਹ ਤਾਂ ਚਲ ਮੰਨਿਆ ਕਿ ਉਹਨਾਂ ਦੀ ਸਰੋਂ 55 60 ਦਿਨਾਂ ਦਾ ਕਿ ਦੂਜਾ ਪਾਣੀ ਮੰਗਦੀ ਮੰਗਦੀ ਆ ਉਹ ਤਾਂ ਲਾਉਣ ਕਿਉਂਕਿ ਕੁਰੇ ਤੇ ਬਚੂਗੀ ਠੰਡ ਤੇ ਬਚੂਗੀ ਜਿਨ੍ਹਾਂ ਨੇ ਸਰੋਂ ਪਛੇਤੀ ਬੀਜੀ ਆ ਤੇ ਪਾਣੀ ਲਾਉਣਾ ਰਹਿੰਦਾਗਾ ਉਹ ਵੀ ਪਾਣੀ ਲਗਾ ਦੇਣ ਪਰੰਤੂ ਜੇਕਰ ਆਪਣਾ ਖੇਤ ਭਾਰਾਗਾ ਤੇ ਆਪਣੀ ਸਰੋਂ ਫਸੀ ਪਈ ਆ ਉੱਥੇ ਬਣੀ ਨਾ ਲਗਾਉਣ ਨਹੀਂਦਾ ਸਿੱਧਾ ਝਾੜ ਕਟੂਗਾ ਕਿਉਂਕਿ ਦੋਸਤੋ ਜਿਹੜੀ ਸਰੋਂ ਆ ਨਾ ਇਹ ਰਾਜਸਥਾਨ ਦੀ ਖੇਤੀ ਆ ਟਿੱਬੇ ਦੇ ਉੱਪਰ ਸਰੋਂ ਵੀ ਜੀਂਦੇ ਤੇ ਉੱਥੇ ਵੀ ਸਿਰਫ ਦੋ ਤਿੰਨ ਪਾਣੀ ਲੈ ਕੇ ਜਾਂਦੀ ਹੈਗੀ ਹੁਣ ਦੋਸਤੋ ਇੱਕ ਤਾਂ ਆਪਣਾ ਖੇਤ ਭਰ ਆਗਾ ਦੂਜਾ ਆਪਾਂ ਦੂਜਾ ਬਣੀ ਲਾਉਣਾਗਾ ਤੇ ਤੀਜੇ ਉੱਪਰੋਂ ਠੰਡ ਬਹੁਤ ਪੈ ਰਹੀ ਆ ਤੇ ਆਪ ਨੂੰ ਐ ਲੱਗਦਾ ਯਾਰ ਆਪਾਂ ਨੁਕਸਾਨ ਬਹੁਤ ਹੋ ਜਾਂਦਾ ਤੇ ਥੱਲੋਂ ਆਪਣੀ ਜ਼ਮੀਨ ਗਿੱਲੀ ਆ ਨਮੀਆ ਉਪਰੋਂ ਰੋਸ਼ਨੀ ਉਹਨੇ ਪੈਂਦੀ ਨਹੀਂ ਗਈ ਤਾਂ ਆਪਾਂ ਛਿਦੇ ਪਾਣੀ ਲਗਾਤਾ ਤਾਂ ਕੀ ਹੋਊਗਾ ਆਪਣੇ ਸਰੋਂ ਦਾ ਜਿਹੜਾ ਤਣਾ ਹੋਊਗਾ ਉੱਥੇ ਫੰਗਸ ਬੈ ਜਾਊਗੀ ਵਾਈਟ ਰਸਟ ਦਾ ਹਮਲਾ ਹੋ ਜਾਵੇਗਾ ਜਿਹਦੇ ਕਰਕੇ ਐਂਡ ਤੇ ਆ ਕੇ ਆਪਣਾ ਝਾੜ ਘਟ ਸਕਦਾ ਪਰੰਤੂ ਹੁਣ ਕਿਸਾਨ ਵੀਰ ਕਰੇ ਤਾਂ ਕਰੇਗੀ ਜੇਕਰ ਪਾਣੀ ਲਗਾਉਂਦਾ ਤਾਂ ਵੀ ਮਰਦਾ ਜੇਕਰ ਪਾਣੀ ਨਹੀਂ ਲਗਾਉਂਦਾ ਤਾਂ ਉਪਰੋਂ ਠੰਡ ਪੈ ਰਹੀ ਹੈ ਤਾਂ ਵੀ ਮਰਦਾਗਾ ਪਰੰਤੂ ਦੋਸਤੋ ਆਪਾਂ ਹੁਣ ਕਰਨਾ ਕੀ ਆ ਇੱਥੇ ਆ ਕੇ ਕਰਨੀ ਹੈਗੀ ਆਪਾਂ ਸਲਫਰ ਦੀ ਵਰਤੋਂ ਆਪਾਂ ਲਿਕੁਇਡ ਜਿਹੜੀ ਸਪਰੇਅ ਵਾਲੀ ਸਲਫਰ ਹੁੰਦੀ ਆ ਕਰਤੀ 1 200 ml ਲੈਣੀ ਹੈ ਤੇ ਉਹਦੀ ਸਪਰੇਅ ਕਰ ਦੇਣੀ ਆ ਹੁਣ ਸਲਫਰ ਕੀ ਕਰੋਗੇ ਪਹਿਲੇ ਨੰਬਰ ਤੇ ਤਾਂ ਠੰਡ ਤੋਂ ਬਚਾਉਗੀ ਕੋਰੇ ਤੋਂ ਬਚਾਉਗੀ ਦੂਜੇ ਨੰਬਰ ਤੇ ਕੰਟੈਕਟ ਫੰਗੀਸਾਈਡ ਆ ਤੀਜੇ ਨੰਬਰ ਤੇ ਇੱਕ ਤਾਤਾ ਤੇ ਸਲਫਰ ਸਾਉਥ ਤੋਂ ਜ਼ਿਆਦਾ ਮਹੱਤਵਪੂਰਨਤਾ ਦਾ ਸਰੋਂ ਦੇ ਲਈ ਆਪਾਂ ਬਜਾਈ ਸਮੇਂ ਵੀ ਪਾਈ ਸੀ ਤੇ ਸਪਰੇ ਵੀ ਇਸੇ ਦੀ ਕਰਨੀ ਹੈਗੀ ਧਿਆਨ ਰਹੇ ਜਿਹੜੀ ਲਿਕਵਿਡ ਸਲਫਰ ਹੈ ਨਾ ਉਸ ਦੀ ਸਪਰੇ ਆਪਾਂ ਆਪਣੀ ਸਰੋਂ ਦੇ ਵਿੱਚ ਫੁੱਲ ਆਉਣ ਦੀ ਸਟੇਜ ਤੋਂ ਪਹਿਲਾਂ ਕਰਨੀ ਹੈਗੀ ਹੁਣ ਦੋਸਤੋ ਜੇਕਰ ਆਪਣੀ ਸਰੋਂ ਦੇ ਵਿੱਚ ਫੁੱਲ ਆ ਚੁੱਕੇ ਆ ਜਾਂ ਪਰਾਗਨ ਦੀ ਜਿਹੜੀ ਅਵਸਥਾ ਹੁੰਦੀ ਹੈ ਉਹ ਸ਼ੁਰੂ ਹੋ ਚੁੱਕੀ ਆ ਹੁਣ ਦੋਸਤੋ ਜੇਕਰ ਉੱਥੇ ਠੰਡ ਪੈਂਦੀ ਆ ਤਾਂ ਉੱਥੇ ਵੀ ਨੁਕਸਾਨ ਆਪਣਾ ਹੁੰਦਾ ਹੀ ਆ ਕੋਰਾ ਉੱਥੇ ਵੀ ਬਹੁਤ ਨੁਕਸਾਨ ਕਰਦਾ ਹੈਗਾ ਕਿਉਂਕਿ ਦੋਸਤੋ ਜਿਹੜੀ ਇਹ ਵਾਲੀ ਸਟੇਜ ਆ ਨਾ ਬਹੁਤ ਹੀ ਜਿਆਦਾ ਮਹੱਤਵਪੂਰਨ ਆ ਇੱਥੇ ਸਿੱਧਾ ਝਾੜ ਨਾਲ ਸੰਬੰਧ ਆ ਜੇਕਰ ਇੱਥੇ ਸਟ੍ਰੈਸ ਦੇ ਵਿੱਚ ਆਪਣਾ ਪੌਦਾ ਆ ਗਿਆ ਆਪਣੀ ਫਸਲ ਆ ਗਈ ਤਾਂ ਸਿੱਧਾ ਝਾੜ ਘਟੂਗਾ ਹੁਣ ਦੋਸਤੋ ਇੱਥੇ ਮੀਨਮਟ ਆਪਾਂ ਕਿਵੇਂ ਕਰਨੀ ਹੈ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਆ ਠੰਡ ਤੋਂ ਕਿਵੇਂ ਬਚਾਉਣਾ ਤੇ ਆਪਾਂ ਜ਼ਿਆਦਾ ਝਾੜ ਕਿਵੇਂ ਲੈ ਸਕਦੇ ਆ ਤਾਂ ਇਸ ਬਾਰੇ ਆਪਾਂ ਪਾਰਟ 2 ਦੇ ਵਿੱਚ ਗੱਲਾਂ ਕਰਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਇਜਾਜ਼ਤ ਧੰਨਵਾਦ ਦ